बिस्मिल्लाहिर्रहमानिर्रहीम, इयाका नअबुदु व इयाका नस्तईन। अस्सलामु अलैकुम। ਤੁਸੀਂ ਵੇਖਦੇ ਪਏ ਹੋ ਪਾਕ ਪਤਨ ਪੰਜਾਬ ਟੀਵੀ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਜਿਵੇਂ ਕਿ ਦੋਸਤਾਂ ਨੂੰ ਪਤਾ ਹੈ, ਅਸੀਂ ਡੇਲੀ ਬਾਈਆਂ ਵਾਸਤੇ ਅੱਛੇ ਤੋਂ ਅੱਛੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਦੋਸਤਾਂ ਨੂੰ ਇੱਕ ਜੋਟੀ ਵਿਖਾਈ ਜਾਣੀ, ਅੱਲਾਹ ਦੇ ਹੁਕਮ ਦੇ ਨਾਲ ਸ਼ੌਕ ਵਾਲੀ ਜੋਟੀ ਹੈ ਜਨਾਬ, ਖਾਸ ਨੀਲੀ ਦੀ। ਸ਼ਿਕਾਰੀਆਂ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ। ਜਿਹੜੇ ਦੋਸਤ ਖਾਹਿਸ਼ ਰੱਖਦੇ ਨੇ ਜੋਟੀਆਂ ਖਰੀਦਣ ਦੀ, ਨੀਲੀ ਦੀਆਂ ਜੋਟੀਆਂ ਜਿਹੜੇ ਦੋਸਤ ਆਖਦੇ ਨੇ ਬਾਈ ਹਸਨ ਚਾਹੀਦੀਆਂ ਨੇ, ਅੱਜ ਜਨਾਬ ਗੱਲਾਂ ਹੋਣੀਆਂ ਨੇ ਉਹਨਾਂ ਦੇ ਨਾਲ। ਸਭ ਤੋਂ ਪਹਿਲੇ ਜੋਟੀ ਨੂੰ ਚਿਹਰਾ ਚੈੱਕ ਕਰਨਾ, ਮਾਸ਼ਾਅੱਲਾ ਕਿਤਨਾ ਖੂਬਸੂਰਤ, ਅੱਖਾਂ ਸਫੈਦ ਚਿੱਟੀਆਂ, ਸਿਰ ਸਿੰਘੀ ਚੈੱਕ ਕਰਨੀ ਹੈ ਮਾਸ਼ਾਅੱਲਾ, ਮੋੜ ਕੇ ਵਿੱਚ ਕਾਠਾਂ ਦੇ ਸਿੰਘੀ ਦੇ ਵਿੱਚ ਸਿੰਘੀ ਲੱਗੀ ਹੋਈ ਹੈ, ਦੋਸਤਾਂ ਨੇ ਚੈੱਕ ਕਰਨੀ ਹੈ ਅੱਲਾਹ ਦੇ ਹੁਕਮ ਦੇ ਨਾਲ। ਜੋਟੀ 10 ਸੂਬੇ ਵੀ ਸੂਬੇ 15 ਸੂਬੇ ਸੂ ਜਾਵੇ, ਇਹ ਜਨਾਬ 7 ਸੂਬੇ ਸੂਬੇ, ਇੱਥੋਂ ਇਹਨੇ ਸਿੰਘੀ ਨਹੀਂ ਪਟਣੀ, ਵਧਾਉਣੀ ਨਹੀਂ ਹੈ, ਕਿਸੇ ਪਾਸੇ ਮੋੜਨੀ ਨਹੀਂ ਹੈ। ਕਿੰਗਰੀ ਵਾਲਾ ਸਿਰ ਤਾਂ ਮਾਸ਼ਾਅੱਲਾ ਬੜਾ ਖੂਬਸੂਰਤ, ਛੋਟੀ ਜਿਹੀ ਫੁੱਲੀ ਖੁੱਤੀ ਚੈੱਕ ਕਰਨੀ ਹੈ, ਠਾਪੀ ਗਰਦਨ ਮਾਸ਼ਾਅੱਲਾ, ਦੋ ਹੱਥ ਲੰਮੀ ਬਿਲਕੁਲ ਬਰੀਕ ਔਰ ਖੂਬਸੂਰਤ, ਉੱਤੇ ਪਸ਼ਮਾਂ ਚੈੱਕ ਕਰਨੀਆਂ ਨੇ, ਟੋਟਲ ਬਾਡੀ ਦਾ 4-4 ਇੰਚ ਪਸ਼ਮ ਤੁਹਾਨੂੰ ਨਜ਼ਰ ਆਉਂਦੀ ਪਈ ਹੋਣੀ ਹੈ, ਦੋਸਤਾਂ ਨੇ ਵੇਖ ਲੈਣੀ ਹੈ ਮਾਸ਼ਾਅੱਲਾ। ਜੋਟੀ ਨੂੰ ਹੱਡੀ ਸਿੰਘਾਂ ਲੈ, ਡਾਕਾਂ ਕਿੰਨੀਆਂ ਬਰੀਕ ਔਰ ਚੜੀਆਂ, ਔਰ ਪੁੱਠਾ ਚੈੱਕ ਕਰਨਾ ਹੈ, ਖੁੱਡਾ ਮਾਸ਼ਾਅੱਲਾ ਕਿਤਨਾ ਖੂਬਸੂਰਤ, ਪੂਛ ਬਿਲਕੁਲ ਡੋਰ ਵਰਗੀ, ਥੱਲਾ ਚੈੱਕ ਕਰਨਾ ਇੰਤਹਾਈ ਖੂਬਸੂਰਤ, ਜਨਾਬ ਇਹ ਗੁੱਲ ਲੱਗੇ ਹੋਏ ਨੇ, ਹਰ ਚੀਜ਼ ਦੀ ਕਰਨੀ ਹੈ ਤਸੱਲੀ ਦੋਸਤਾਂ ਨੇ। ਕੈਮਰਾਮੈਨ ਸਾਹਿਬ ਕੋਸ਼ਿਸ਼ ਕਰਕੇ ਤੁਹਾਨੂੰ ਥੱਲਾ ਵਿਖਾਉਂਦੇ ਪਏ ਅਤੇ ਵਿਰਲ ਚੈੱਕ ਕਰਨੀ ਹੈ ਗੁੱਲ, ਮਾਸ਼ਾਅੱਲਾ ਬੜੇ ਪਿਆਰੇ ਔਰ ਖੂਬਸੂਰਤ, ਵਕਫਾ ਚੈੱਕ ਕਰਨਾ ਵਿਰਲ, ਹਰ ਚੀਜ਼ ਤੁਹਾਨੂੰ ਕਲੀਅਰ ਵਿਖਾਈ ਜਾ ਰਹੀ ਹੈ। ਹਾਈਟ ਦਾ ਵੀ ਦੋਸਤਾਂ ਨੂੰ ਇੱਥੇ ਅੰਦਾਜ਼ਾ ਹੋ ਜਾਣਾ, ਔਰ ਲੰਬਾਈ ਚੈੱਕ ਕਰਨੀ ਹੈ ਮਾਸ਼ਾਅੱਲਾ, ਸੰਭੀ ਪਲੀ ਹੋਈ ਜੋਟੀ ਹੈ ਜਨਾਬ, ਕੋਈ ਲਿੱਸੀ ਨਹੀਂ ਹੈ ਮਾਸ਼ਾਅੱਲਾ, ਰਾਤ ਪੈਤ ਵੇਖਣੀ ਹੈ, ਥੋੜ੍ਹੀ ਜਿਹੀ ਹੋਰ ਲਿਆਓ ਬਾਹਰ ਦੀ ਲੱਤਾਂ, ਕੈਮਰਾਮੈਨ ਸਾਹਿਬ ਵਿਖਾਉਣੀਆਂ ਨੇ ਤੀਰ ਸਿੱਧੀਆਂ ਔਰ ਮੋਟੀਆਂ ਲੱਤਾਂ ਨੇ, ਕਿੰਨੀਆਂ ਮਜ਼ਬੂਤ ਔਰ ਖੂਬਸੂਰਤ ਲੱਗਦੀਆਂ ਪਈਆਂ ਨੇ, ਨੌ ਵੇਖਣੇ ਨੇ ਦੁਨੀ ਕੌੜੀ ਬਿਲਕੁਲ ਕੋਈ ਨਹੀਂ, ਹਰ ਚੀਜ਼ ਤੁਹਾਨੂੰ ਕਲੀਅਰ ਵਿਖਾਈ ਜਾ ਰਹੀ ਹੈ। ਥੱਲਾ ਜੋਟੀ ਨੂੰ ਮਾਸ਼ਾਅੱਲਾ ਬੜਾ ਕਮਾਲ ਦਾ ਔਰ ਖੂਬਸੂਰਤ ਹੈ, ਔਰ ਇੱਥੇ ਜਨਾਬ ਦੁਬਾਰਾ ਹਰ ਸਾਈਡ ਤੋਂ ਹਰ ਐਂਗਲ ਤੋਂ ਵੇਖੋਗੇ ਤਾਂ ਪਸ਼ਮ ਤੁਹਾਨੂੰ ਨਜ਼ਰ ਆਉਣੀ ਹੈ, 4-4 ਇੰਚ ਜੋਟੀ ਦੀ ਟੋਟਲ ਬਾਡੀ 'ਤੇ ਪਸ਼ਮ ਹੈ, ਪੂਛ ਹਰ ਚੀਜ਼ ਦੋਸਤਾਂ ਨੇ ਕਲੀਅਰ ਵੇਖ ਲੈਣੀ ਹੈ, ਖੁੱਚਾਂ ਕਿੰਨੀਆਂ ਮਜ਼ਬੂਤ ਔਰ ਤੀਰ ਸਿੱਧੀਆਂ ਨੇ, ਲੱਤਾਂ ਕਿੰਨੀਆਂ ਮੋਟੀਆਂ ਔਰ ਖੂਬਸੂਰਤ ਮਾਸ਼ਾਅੱਲਾ, ਜਿਸ ਤਰ੍ਹਾਂ ਪਲੰਗ ਦੇ ਪਾਵੇ ਹੁੰਦੇ ਨੇ, ਬਾਕੀ ਹਰ ਚੀਜ਼ ਤੁਹਾਨੂੰ ਕਲੀਅਰ ਵਿਖਾਈ ਜਾ ਰਹੀ ਹੈ। ਇਹ ਪੂਛ ਚੈੱਕ ਕਰਨੀ ਹੈ ਮਾਸ਼ਾਅੱਲਾ ਬਿਲਕੁਲ ਛਮਕਾਂ ਵਰਗੀ, ਇਹਦੇ ਚਮੜੀ ਚੈੱਕ ਕਰਨੀ ਹੈ ਟਿਸ਼ੂ ਪੇਪਰ ਵਰਗੀ ਚਮੜੀ, ਰੇਸ਼ਮ ਵਰਗੀ ਅੱਲਾਹ ਦੇ ਹੁਕਮ ਦੇ ਨਾਲ। ਕੈਮਰਾਮੈਨ ਸਾਹਿਬ ਕੰਡ 'ਤੇ ਲਾਉਣਾ ਹੈ ਕੈਮਰਾ, ਤੀਰ ਸਿੱਧੀ ਗਾਡਰ ਵਰਗੀ ਕੰਡ, ਜੋਟੀ ਨੂੰ ਵੱਖੀਆਂ ਛੋਟੀਆਂ ਜਿਹੀਆਂ ਕਮਾਂ ਬਿਲਕੁਲ ਨਹੀਂ ਹੈ, ਹਰ ਚੀਜ਼ ਤੁਹਾਨੂੰ ਕਲੀਅਰ ਵਿਖਾਈ ਜਾ ਰਹੀ ਹੈ। ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਦੋਸਤਾਂ ਨੂੰ ਜਾਨਵਰ ਅੱਛੇ ਤਰੀਕੇ ਦੇ ਨਾਲ ਵਿਖਾਈਏ ਔਰ ਕੁਆਲਿਟੀ ਵਾਲੇ ਵਿਖਾਈਏ।
ਬਾਕੀ ਜਨਾਬ ਸਾਰੀਆਂ ਗੱਲਾਂ ਬਾਈਆਂ ਨਾਲ ਕਰਨੇ ਆ ਹੋ ਜੀ ਇੱਥੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੀ ਕਰੋ ਤਾਂ ਕਿ ਤੁਹਾਨੂੰ ਹਰ ਚੀਜ਼ ਦਾ ਪਤਾ ਚੱਲ ਜਾਵੇ, ਸਾਰੀਆਂ ਗੱਲਾਂ ਤੁਹਾਡੀ ਸਮਝ ਵਿੱਚ ਆ ਜਾਵਣ। ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਹੈ ਬਾਈ ਜਾਨ? ਸਿਹਤਾਂ ਤਬੀਤਾਂ ਠੀਕ ਹਨ? ਕੀ ਨਾਮ ਹੈ ਆਪਣਾ? ਮੁਹੰਮਦ ਸਫਦਰ। ਬਾਈ ਮੁਹੰਮਦ ਸਫਦਰ, ਜੋਟੀ ਆਪਾਂ ਵਿਖਾ ਦਿੱਤੀ ਹੈ ਜੀ। ਹਾਂਜੀ। ਇਹਦਾ ਕੋਈ ਕ੍ਰਾਸ ਦਾ ਪਤਾ ਹੈ ਕਿ ਉਹ ਗੱਬਣ ਛੱਬਣ ਹੋਣ ਵਾਲੀ ਹੈ ਜਾਂ ਹੋਈ ਹੈ ਜਾਂ ਨਹੀਂ ਹੋਈ ਹੈ? ਗੱਬਣ ਵਾਲੀ ਕੋਈ ਨਹੀਂ ਹੋਈ, ਜੋਟਾ ਕੋਈ ਨਹੀਂ ਚੜਾ, ਉਂਝ ਹੁਣ ਫਿਲਹਾਲ ਹੋ ਜਾਸੀ। ਹੋ ਜਾਸੀ। ਹਾਂਜੀ। ਹੈ ਬਿਲਕੁਲ ਤਿਆਰ ਹੈ ਜਨਾਬ ਸੈਮੀਨੇਸ਼ਨ ਵਾਸਤੇ। ਇਹ ਅੱਜ ਹੋ ਜਾਵੇ ਕੱਲ ਹੋ ਜਾਵੇ, ਜਿਹੜੇ ਦੋਸਤਾਂ ਦੇ ਵਿੱਚ ਬਰੀਡਰ ਹੁੰਦੇ ਨੇ, ਅਗਰ ਕੋਈ ਦੋਸਤ ਲੈ ਜਾਂਦਾ ਵਿੱਚ ਜੋਟਾ ਹੋਵੇ, ਇਹਨੇ ਬਿਲਕੁਲ ਹੋ ਜਾਣਾ, ਦੋ ਦਿਨਾਂ ਨੂੰ ਹੋ ਜਾਵੇ, ਪੰਜਾਂ ਨੂੰ ਹੋ ਜਾਵੇ, ਸੱਤਾਂ ਨੂੰ ਜਾਂ ਦਸਾਂ ਨੂੰ ਹੋ ਜਾਵੇ। ਅਤੇ ਬਾਕੀ ਬਾਈ ਜਾਨ ਮੂੰਹ ਦੇ ਵਿੱਚੋਂ ਕੋਈ ਅੰਦਾਜ਼ਾ ਹੈ? ਚੌਗੀ ਛੱਗੀ ਹੈ ਜੀ। ਚੌਗੀ ਛੱਗੀ ਹੈ? ਹਾਂਜੀ। ਅਤੇ ਅੱਛਾ ਸਹੀ ਹੋ ਗਿਆ, ਚੌਗੀ ਛੱਗੀ ਜਨਾਬ ਮੂੰਹ ਦੇ ਵਿੱਚੋਂ ਹੈ ਜੇ। ਇਹ ਕ੍ਰਾਸ ਹੋਣ ਦੇ ਬਿਲਕੁਲ ਕਰੀਬ ਹੈ, ਨਜ਼ਦੀਕ ਹੈ। ਦਸਾਂ ਦਿਹਾੜਿਆਂ ਨੂੰ ਹੋਵੇ ਜਾਂ ਵੀਹਾਂ ਨੂੰ ਹੋਵੇ, ਮਹੀਨੇ ਨੂੰ ਹੋ ਜਾਵੇ, ਉਹ ਤੁਹਾਡੇ ਨਸੀਬ ਹਨ। ਬਿਲਕੁਲ ਤਿਆਰ ਜੋਟੀ ਹੈ। ਅਤੇ ਬਾਕੀ ਹੈ ਤੁਹਾਡੀ ਅੱਖਾਂ ਦੇ ਸਾਹਮਣੇ ਬਾਈ ਜਾਨ, ਆਪਣੇ ਘਰ ਦੀ ਹੈ ਜਾਂ ਵਪਾਰ ਵਪੂਰ ਦਾ ਕੰਮ ਹੈ ਆਪਣਾ ਜੀ? ਆਪਣੇ ਘਰ ਦੀ ਹੈ ਜੀ। ਆਪਣੇ ਘਰ ਦੀ ਹੈ? ਉਹ ਨੇਲੀ ਦੀ ਜੀ। ਸਹੀ ਹੋ ਗਿਆ। ਆ ਬਿਲਕੁਲ ਦਰਿਆ ਸਤਲੁਜ ਦੇ ਨਜ਼ਦੀਕ ਖੜੇ ਹਾਂ, ਅੱਲਾ ਦੇ ਹੁਕਮ ਨਾਲ ਇਹ ਕੰਮ। ਬਿਲਕੁਲ ਅਸੀਂ ਕਦੇ ਨਹੀਂ ਕੰਮ ਕੀਤਾ ਵੀ ਖੜੇ ਕਿਦਾਂ ਹੋਵੀਏ ਅਤੇ ਆਖੀਏ, ਨਹੀਂ ਜੀ, ਅਸੀਂ ਨੀਲੀ 'ਤੇ ਖੜੇ ਹਾਂ ਅਤੇ ਦਰਿਆ 'ਤੇ ਖੜੇ ਹਾਂ, ਜਾਂ ਅਸੀਂ ਅਸੀਂ ਪਾਰ ਗਏ, ਅਸੀਂ ਦੁੱਧੂ ਹਟੇ ਹਾਂ ਅਤੇ ਬਾਈ ਉਹਨਾਂ ਕੋਲੋਂ ਆਏ ਹਾਂ। ਐਵੇਂ ਦਾ ਕੰਮ ਬਿਲਕੁਲ ਨਹੀਂ ਹੈ, ਐਵੇਂ ਦਾ ਡਰਾਮਾ ਸਾਨੂੰ ਨਾ ਆਉਂਦਾ ਅਤੇ ਨਾ ਅਸੀਂ ਕਰਨਾ। ਅੱਲਾ ਦੇ ਹੁਕਮ ਨਾਲ ਦਰਿਆ ਸਤਲੁਜ ਦੇ ਬਿਲਕੁਲ ਨਜ਼ਦੀਕ ਖੜੇ ਹਾਂ, ਲੋਕੇਸ਼ਨ ਦੋਸਤਾਂ ਨੂੰ ਦੱਸੀ ਜਾਂਦੀ ਹੈ। ਲੋਕੇਸ਼ਨ ਸਾਡੀ ਖਾਸ ਚੱਕ ਹੋਤਾ, ਤਹਿਸੀਲੋ ਜ਼ਿਲ੍ਹਾ ਪਾਕਪਤਨ ਸ਼ਰੀਫ, ਪਾਕਪਤਨ ਤੋਂ 24 ਕਿਲੋਮੀਟਰ, ਆਰਾ ਫਲੇ ਤੋਂ 20 ਕਿਲੋਮੀਟਰ, ਹੋਤੇ ਪਿੰਡ ਤੋਂ ਅੱਗੇ ਜਨਾਬ ਜਿਹੜਾ ਬਿਲਕੁਲ ਦਰਿਆ ਹੈ ਉਹ 4 ਕਿਲੋਮੀਟਰ ਦੇ ਦਰਿਆ ਸਤਲੁਜ ਹੈ। ਅਤੇ ਬਾਈ ਮੁਹੰਮਦ ਸਫਦਰ ਸਾਹਿਬ, ਬਾਈ ਜਾਨ ਕੀ ਇਹਦਾ ਰੇਟ ਹੈ ਜਿਹੜਾ ਬਿਲਕੁਲ ਆਪਾਂ ਲੈ ਲਵਣਾ, ਲੋਕਾਂ ਵਾਲਾ ਮੁੱਲ ਨਹੀਂ ਕਰਨਾ ਜੀ, ਬਿਲਕੁਲ ਮੁਨਾਸਿਬ ਅਤੇ ਪੱਕੀਆਂ ਜਿਹੀਆਂ ਗੱਲਾਂ ਕੈਮਰੇ ਦੇ ਵਿੱਚ ਵੇਖ ਕੇ ਜਿਹੜਾ ਬਿਲਕੁਲ ਆਪਾਂ ਲੈ ਲਵਣਾ? ਇਹ ਕੰਮ ਨਹੀਂ ਹੈ ਵੀ ਆਪਾਂ ਢਾਈ ਮੰਗੀਏ ਜਾਂ ਆਖੀ ਵੀ ਅਸੀਂ ਮੰਗਦੇ ਹਾਂ ਅਸੀਂ ਹੁਣ ਤੁਹਾਡੇ ਮੂੰਹ ਨਵਾ ਕਰਦੇ ਪਏ, ਬਿਲਕੁਲ ਪਿਆਰ ਵਾਲਾ ਤੇ ਫੈਨ ਵਾਲਾ, ਕਿੰਨਾ ਮਰਜ਼ੀ ਮੰਗੇ ਲੈ ਕੇ ਮਿਲਦਾ ਨਹੀਂ ਹੁੰਦਾ। ਬਿਲਕੁਲ 2,20,000 ਦੀ ਜੋਟੀ ਦੇ ਦੇ ਸਾਂ, 2,20,000। ਹਾਂਜੀ। ਇਹਦੇ ਵਿੱਚ ਕੋਈ ਚਾਹਤਾਂ ਮੁਹੱਬਤਾਂ ਕਾਰ ਤੇ ਵਿਰਾ, ਕੋਈ ਆਪਣੇ ਕੋਲ ਆ ਜਾਂਦਾ ਦੋਸਤ ਜਾਂ ਨਹੀਂ ਵੀ ਆਉਂਦਾ, ਉਹ ਤਾਂ ਚਲੋ ਆ ਗਿਆ ਤਾਂ ਆਪਾਂ ਕੋਈ ਕਸਮ ਤੇ ਚੱਕੀ ਨਾ ਖੜਿਆ, ਕੋਈ ਮੁਹੱਬਤ ਕਰ ਲਓ ਹੋ ਜਾ ਸੀ। ਹਾਂਜੀ। ਹੁਣੇ ਨਹੀਂ ਆਉਂਦੀ ਜਾਂ ਮੌਕੇ ਦੇ ਉਸੇ ਹੁਣੇ ਮੈਦਾਨ ਨਾਲ ਜਿਹੜੀ ਗੱਲ ਹੈ ਉਹ ਕਰ ਦੇ ਫੈਨ ਨਾਲ, ਬਿਲਕੁਲ ਐ ਯੈਸ ਨੋ ਵਾਲੀ। 5,000 ਰੁਪਇਆ ਘਾਟ ਦੇ ਦੇ ਬਾਅਦ, ਬਾਕੀ 2,15 ਰਹਿ ਗਿਆ। ਹਾਂਜੀ। ਇਹ ਬਿਲਕੁਲ ਫੈਨ ਵਾਲੇ ਜਾਂ ਵਿੱਚ ਕੋਈ ਚਾਹਤਾ ਕੋਈ ਦੋਸਤ, ਕਿਰਾਇਆ ਬੜਾ ਅੱਜ ਕੱਲ੍ਹ ਕਿਰਾਏ ਬੜੇ ਹੋ ਗਏ ਨੇ, ਅਤੇ ਮੁੜ ਵੀ ਕੋਈ ਹੋ ਜਾ ਸੀ ਸਾਡੀ ਖਾਸ ਨੀਲੀ ਦੀ ਜੂ ਦੀ ਵਲੈਤੀ ਜੋਟੀ ਹੈ। ਜਿਹੜੇ ਦੋਸਤ ਸਮਝਦੇ ਹਨ ਮਾਲ ਨੂੰ, ਮਾਲ ਜਿਨ੍ਹਾਂ ਨੇ ਰੱਖਿਆ ਹੋਇਆ ਹੈ, ਜਿਹੜੇ ਜੋਟੀਆਂ ਖਰੀਦਦੇ ਰਹਿੰਦੇ ਨੇ ਉਹਨਾਂ ਨੇ ਵੇਖ ਲੈਣੀ ਹੈ, ਅਤੇ ਜਿਹੜੇ ਦੋਸਤਾਂ ਨੂੰ ਨਹੀਂ ਅੰਦਾਜ਼ਾ ਉਹਨਾਂ ਨੂੰ ਇਹ ਹੀ ਲੱਗਣਾ ਕਿ ਯਾਰ ਰੇਟ ਜ਼ਿਆਦਾ ਹੋ ਗਿਆ। ਰੇਟ ਜਿੰਨਾ ਮੁਨਾਸਿਬ ਕਰਵਾਈਏ ਫਿਰ ਵੀ ਦੋਸਤ ਥੱਲੇ ਕਮੈਂਟ ਲਿਖਦੇ ਨੇ ਕਿ ਨਹੀਂ ਬਾਈ ਅਸਾਂ ਰੇਟ ਜ਼ਿਆਦਾ ਹੈ। ਜਦੋਂ ਚੀਜ਼ ਤੁਸੀਂ ਖਰੀਦੋਗੇ ਰੱਖੋਗੇ ਫਿਰ ਤੁਹਾਨੂੰ ਰੇਟ ਦਾ ਅੰਦਾਜ਼ਾ ਹੋਣਾ। ਮਾਸ਼ਾਅੱਲਾ ਵੱਧਰ ਜੋਟੀ ਨੂੰ ਔਰ ਜਿਹੜਾ ਥੱਲਾ ਜੋਟੀ ਨੂੰ ਹੈ, ਪਿੱਛੋਂ ਚੁੜਾਈਆਂ ਲੰਬਾਈਆਂ ਖੂਬਸੂਰਤੀਆਂ ਨੇ ਉਹ ਦੋਸਤਾਂ ਦੀਆਂ ਅੱਖਾਂ ਦੇ ਸਾਹਮਣੇ। 2,15,000 ਵਿੱਚ ਹੋਣੀਆਂ ਨੇ। ਚਾਹਤਾਂ ਨੰਬਰ ਚੱਲਦਾ ਸਕਰੀਨ 'ਤੇ, 0308 910-2811।
ਇਹਦੇ ਤੇ ਕਾਲ, ਵਟਸਐਪ, ਈਮੋ ਸਾਰੀਆਂ ਸਹੂਲਤਾਂ ਮੌਜੂਦ ਹਨ। ਵੀਡੀਓ ਅੱਛੀ ਲੱਗੀ ਹੈ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ, ਸੱਜਣਾ ਬੇਲੀਆਂ ਦੇ ਨਾਲ ਵੀਡੀਓ ਲਾਜ਼ਮੀ ਸ਼ੇਅਰ ਕਰਿਆ ਕਰੋ। ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।